ਵੈਲਕਮ 2020 ਗੁਰਬਾਣੀ ਅਖਾਣਬਾਣੀ ਦੇਖ ਰਹੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਪਾਕਿਸਤਾਨ ਵਿੱਚ ਦੇਖੋ ਕਿੱਦਾਂ ਹੋ ਰਹੇ ਨੇ ਘੱਟ ਗਿਣਤੀਆਂ ਤੇ ਹਮਲੇ। ਹਿੰਦੂ ਧਰਮ ਦੀ ਧੀ ਸਕੀਨਾ ਨੂੰ ਪਾਕਿਸਤਾਨ ਦੇ ਸਿੰਧ ਤੋਂ ਜ਼ਬਰਦਸਤੀ ਅਗਵਾ ਕੀਤਾ ਗਿਆ ਅਤੇ ਜ਼ਬਰਦਸਤੀ ਬਦਲਿਆ ਗਿਆ ਉਸ ਦਾ ਧਰਮ ਤੇ ਉਸ ਦਾ ਨਿਕਾਹ ਪੜਿਆ ਗਿਆ ਜਮੀਲ ਅਹਿਮਦ ਦੇ ਨਾਲ। ਬੇਟੀ ਜੀ ਦਾ ਨਾਮ ਸਕੀਨਾ ਜੋ ਹਿੰਦੂ ਪਰਿਵਾਰ ਤੋਂ ਆ, ਉਸਨੂੰ ਜਬਰਨ ਸਿੰਧ ਚੋਂ ਅਗਵਾ ਕਰ ਲਿਆ ਗਿਆ। ਉਹਦਾ ਜਬਰਨ ਧਰਮ ਬਦਲ ਕੇ ਉਸਦੇ ਨਾਲ ਜਮੀਲ ਅਹਿਮਦ ਨਾਮ ਲੜਕੇ ਦਾ ਉਹਦਾ ਨਿਕਾਹ ਪੜ ਲਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਇੱਕ ਪਾਸੇ ਜਿੱਥੇ ਦੁਨੀਆ ਅੱਜ ਨਵੇਂ ਸਾਲ ਦੀਆਂ ਖੁਸ਼ੀਆਂ ਮਨਾ ਰਹੀ ਹੈ, ਉੱਥੇ ਹੀ ਦੂਸਰੇ ਪਾਸੇ ਪਾਕਿਸਤਾਨ ਤੋਂ ਇਹ ਦੁੱਖਦਾਈ ਖਬਰ ਆ ਰਹੀ ਹੈ ਜਿੱਥੇ ਘੱਟ ਗਿਣਤੀਆਂ ਉੱਤੇ ਹੁੰਦਾ ਜ਼ੁਲਮ ਸਾਫ਼ ਵੇਖਿਆ ਜਾ ਸਕਦਾ ਹੈ। ਹਿੰਦੂ ਧਰਮ ਤੋਂ ਤਾਲੁਕ ਰੱਖਣ ਵਾਲੀ ਲੜਕੀ ਸਕੀਨਾ ਨੂੰ ਜ਼ਬਰਦਸਤੀ ਸਿੰਧ ਤੋਂ ਅਗਵਾ ਕਰ ਲਿੱਤਾ ਗਿਆ ਅਤੇ ਉਸਦਾ ਜ਼ਬਰਦਸਤੀ ਧਰਮ ਬਦਲ ਕੇ ਉਸਦਾ ਨਿਕਾਹ ਜਮੀਲ ਅਹਿਮਦ ਨਾਮ ਦੇ ਲੜਕੇ ਦੇ ਨਾਲ ਕਰਵਾ ਦਿੱਤਾ ਗਿਆ। ਇਸੇ ਦੇ ਨਾਲ ਉਸ ਤੋਂ ਇੱਕ ਜ਼ਬਰਦਸਤੀ ਐਫੀਡੇਵਿਟ ਵੀ ਬਣਵਾਇਆ ਗਿਆ ਜਿਸ ਦੇ ਵਿੱਚ ਲਿਖਵਾਇਆ ਗਿਆ ਕਿ ਲੜਕੀ ਆਪਣੀ ਮਰਜ਼ੀ ਦੇ ਨਾਲ ਆਪਣਾ ਧਰਮ ਬਦਲ ਰਹੀ ਹੈ ਅਤੇ ਨਿਕਾਹ ਕਰਵਾ ਰਹੀ ਹੈ। ਇਸੇ ਦੇ ਨਾਲ ਦੂਜੇ ਪਾਸੇ ਇੱਕ ਸਵੇਰਾ ਨਾਮ ਦੀ ਲੜਕੀ ਜਿਸ ਨੂੰ ਇਸ ਘਟਨਾ ਤੋਂ 3-4 ਦਿਨ ਪਹਿਲਾਂ ਅਗਵਾ ਕਰ ਲਿੱਤਾ ਗਿਆ ਸੀ ਅਤੇ ਉਸਦਾ ਵੀ ਨਿਕਾਹ ਕਰਵਾ ਦਿੱਤਾ ਗਿਆ ਸੀ ਤੇ ਬੀਤੇ ਦਿਨੀ ਉਸਦਾ ਕਤਲ ਵੀ ਹੋ ਗਿਆ। ਸਵੇਰਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਤੀ ਅਤੇ ਉਹਨਾਂ ਦੇ ਸਹੁਰਾ ਪਰਿਵਾਰ ਵਾਲੇ ਉਹਨਾਂ ਦੀ ਬੇਟੀ ਨਾਲ ਬਹੁਤ ਮਾਰਕੁੱਟ ਕਰ ਰਹੇ ਸਨ ਅਤੇ ਇਸੇ ਮਾਰਕੁੱਟ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਵੀ ਉਤਾਰ ਦਿੱਤਾ ਗਿਆ ਵਿਆਹ ਤੋਂ ਮਹਿਜ਼ ਕੁਝ ਦਿਨਾਂ ਬਾਅਦ ਹੀ। ਇਸ ਸਾਰੇ ਮਾਮਲੇ ਦੇ ਉੱਤੇ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਜੋ ਘੱਟ ਗਿਣਤੀਆਂ ਉੱਤੇ ਇਹ ਅਤਿਆਚਾਰ ਹੋ ਰਹੇ ਨੇ, ਇਹ ਮਾਨਵਤਾ ਦੇ ਉੱਤੇ ਹਮਲਾ ਹੈ। ਉਹਨਾਂ ਕਿਹਾ ਕਿ ਅਜਿਹਾ ਰੋਜ਼ ਪਾਕਿਸਤਾਨ ਵਿੱਚ ਹਜ਼ਾਰਾਂ ਕੁੜੀਆਂ ਦੇ ਨਾਲ ਵਾਪਰ ਰਿਹਾ ਹੈ, ਜ਼ਬਰਦਸਤੀ ਉਹਨਾਂ ਦਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ, ਨਿਕਾਹ ਕਰਵਾਏ ਜਾ ਰਹੇ ਨੇ। ਨਾਲ ਹੀ ਉਹਨਾਂ ਨੇ ਹਵਾਲਾ ਦਿੱਤਾ ਇੰਗਲੈਂਡ ਦੀ ਬਰਮਿੰਘਮ ਯੂਨੀਵਰਸਿਟੀ ਦਾ, ਜਿਹਨਾਂ ਨੇ ਇਸ ਦੇ ਉੱਤੇ ਪਹਿਲਾਂ ਵੀ ਖੁਲਾਸੇ ਕੀਤੇ ਨੇ, ਜਿਹਨਾਂ ਨੇ ਆਪਣੇ ਖੁਲਾਸੇ ਵਿੱਚ ਦੱਸਿਆ ਕਿ ਹਰ ਸਾਲ ਤਕਰੀਬਨ ਹਿੰਦੂ ਅਤੇ ਸਿੱਖ ਹਜ਼ਾਰ ਲੜਕੀਆਂ ਦੇ ਨਾਲ ਅਜਿਹੀ ਜ਼ਬਰਦਸਤੀ ਹੁੰਦੀ ਹੈ, ਉਹਨਾਂ ਨਾਲ ਛੇੜਛਾੜ ਕੀਤੀ ਜਾਂਦੀ ਹੈ, ਧਰਮ ਪਰਿਵਰਤਨ ਕੀਤੇ ਜਾਂਦੇ ਨੇ ਤੇ ਜ਼ਬਰਦਸਤੀ ਨਿਕਾਹ ਕਰਵਾਏ ਜਾਂਦੇ ਨੇ ਤੇ ਬਾਅਦ ਵਿੱਚ ਉਹਨਾਂ ਨੂੰ ਮੌਤ ਦੇ ਘਾਟ ਵੀ ਉਤਾਰ ਦਿੱਤਾ ਜਾਂਦਾ ਹੈ। ਤੇ ਹੁਣ ਤੱਕ 700 ਤੋਂ ਵੱਧ ਅਜਿਹੀਆਂ ਕੁੜੀਆਂ ਹੀ ਚਾਈਨਾ ਦੇ ਵਿੱਚ ਵੇਚੀਆਂ ਜਾ ਚੁੱਕੀਆਂ ਨੇ, ਜਿਹਨਾਂ ਦਾ ਖੁਲਾਸਾ ਐਸੋਸੀਏਟ ਪ੍ਰੈਸ ਨੇ ਵੀ ਕੀਤਾ ਸੀ। ਨਾਲ ਹੀ ਮਨਜਿੰਦਰ ਸਿੰਘ ਸਿਰਸਾ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੈਸ਼ੰਕਰ ਜੀ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਪੂਰੇ ਮਾਮਲੇ ਦਾ ਸੰਗਿਆਨ ਲਿੱਤਾ ਜਾਵੇ ਅਤੇ ਪਾਕਿਸਤਾਨ ਵਿੱਚ ਜੋ ਵੀ ਹਿੰਦੂ ਸਿੱਖ ਈਸਾਈ ਘੱਟ ਗਿਣਤੀ ਹੈ ਨੇ ਉਹਨਾਂ ਨੂੰ ਬਚਾਇਆ ਜਾਵੇ ਅਤੇ ਉਸ ਬੱਚੀ ਸਕੀਨਾ ਨੂੰ ਵੀ ਬਚਾਇਆ ਜਾਵੇ ਜੋ ਅਜੇ ਤਾਜ਼ਾ ਹੀ ਮਾਮਲਾ ਹੈ, ਤਾਂ ਜੋ ਉਹ ਬੱਚੀ ਆਪਣੇ ਮਾਪਿਆਂ ਨੂੰ ਮਿਲ ਸਕੇ, ਉਸ ਬੱਚੀ ਨੂੰ ਕੋਈ ਮੌਤ ਦੇ ਘਾਟ ਨਾ ਉਤਾਰੇ। ਜਦੋਂ ਪੂਰੀ ਦੁਨੀਆ ਨਵੇਂ ਸਾਲ ਦੀ ਖੁਸ਼ੀਆਂ ਮਨਾ ਰਹੀ ਹੈ, ਇਹੋ ਜਿਹੇ ਵੇਲੇ ਪਾਕਿਸਤਾਨ ਤੋਂ ਅਲਪਸੰਖਿਅਕ ਵਾਸਤੇ ਮਨੋਰਿਟੀਜ਼ ਵਾਸਤੇ ਇੱਕ ਬੜੀ ਬੁਰੀ ਖਬਰ ਆ ਰਹੀ ਆ। ਇੱਕ ਬੇਟੀ ਜੀ ਦਾ ਨਾਮ ਸਕੀਨਾ ਜੋ ਹਿੰਦੂ ਪਰਿਵਾਰ ਤੋਂ ਆ, ਉਸਨੂੰ ਜਬਰਨ ਸਿੰਧ ਚੋਂ ਅਗਵਾ ਕਰ ਲਿਆ ਗਿਆ। ਉਹਦਾ ਜਬਰਨ ਧਰਮ ਬਦਲ ਕੇ ਉਸਦੇ ਨਾਲ ਜਮੀਲ ਅਹਿਮਦ ਨਾਮ ਲੜਕੇ ਦਾ ਉਹਦਾ ਨਿਕਾਹ ਪੜ ਲਿਆ ਗਿਆ ਔਰ ਇੱਥੋਂ ਤੱਕ ਕਿ ਉਸ ਤੋਂ ਐਫੀਡੇਵਿਟ ਲਿਆ ਗਿਆ ਕਿ ਮੈਂ ਆਪਣੀ ਮਰਜ਼ੀ ਨਾਲ ਆਪਣਾ ਧਰਮ ਬਦਲਣ ਜਾ ਰਹੀ ਹਾਂ ਔਰ ਮੈਂ ਮਰਜ਼ੀ ਨਾਲ ਨਿਕਾਹ ਕਰਨ ਜਾ ਰਹੀ ਹਾਂ। ਔਰ ਦੂਜੇ ਪਾਸੇ ਸਵੇਰਾ ਨਾਮ ਦੀ ਕੁੜੀ ਜੋ ਲਾਹੌਰ ਦੀ ਸੀ, ਜਿਸ ਨੂੰ ਪਰਸੋਂ ਅਗਵਾ ਕਰ ਲਿਆ ਗਿਆ ਸੀਗਾ ਔਰ ਉਸਦਾ ਜਬਰਨ ਨਿਕਾਹ ਪੜ ਦਿੱਤਾ ਗਿਆ ਸੀ, ਕੱਲ੍ਹ ਉਸਦਾ ਕਤਲ ਕਰ ਦਿੱਤਾ ਗਿਆ। ਉਸਦੇ ਮਾਂ ਬਾਪ ਚਲਾ ਚਲਾ ਕੇ ਕਹਿ ਰਹੇ ਨੇ ਕਿ ਕਿਸ ਤਰੀਕੇ ਉਹਦੇ ਘਰ ਵਾਲੇ ਨੇ ਔਰ ਉਹਦੇ ਸਹੁਰੇ ਨੇ ਉਸ 'ਤੇ ਅਤਿਆਚਾਰ ਕੀਤਾ ਔਰ ਉਸ ਨਾਲ ਬਹੁਤ ਕੁੱਟਮਾਰ ਕਰਨ ਤੋਂ ਬਾਅਦ ਉਸਨੂੰ ਮਾਰ ਦਿੱਤਾ ਗਿਆ। ਪਾਕਿਸਤਾਨ ਦੇ ਅੰਦਰ ਜੋ ਅੱਜ ਅਲਪਸੰਖਿਅਕ ਦਾ ਹਾਲ ਆ, ਉਹ ਸ਼ਾਇਦ ਕਦੇ ਕਿਸੇ ਨੇ ਕਲਪਨਾ ਵੀ ਕੀਤੀ ਹੋਊਗੀ।
ਸਭ ਤੋਂ ਵੱਡਾ ਮਾਨਵਤਾ 'ਤੇ ਜਿਹੜਾ ਅਪਰਾਧ ਆ ਉਹ ਕੀਤਾ ਜਾ ਰਿਹਾ। ਬੱਚਿਆਂ ਦੇ ਨਾਲ, ਜਵਾਨ ਬੱਚਿਆਂ ਨੂੰ ਚੁੱਕ ਕੇ ਉਹਨਾਂ ਦਾ ਧਰਮ ਬਦਲ ਕੇ ਉਹਨਾਂ ਨੂੰ ਅਗਵਾ ਕੀਤਾ ਜਾਂਦਾ ਹੈ, ਉਹਨਾਂ ਦੇ ਜਬਰਨ ਨਿਕਾਹ ਕੀਤਾ ਜਾਂਦਾ ਹੈ। ਇਹ ਬਲਾਤਕਾਰ ਤੋਂ ਵੀ ਮਾੜਾ ਕੰਮ ਆ। ਔਰ ਪਾਕਿਸਤਾਨ ਦੇ ਅੰਦਰ ਹਜ਼ਾਰਾਂ ਬੱਚੀਆਂ ਰੋਜ਼ ਇਸੇ ਤਰ੍ਹਾਂ ਅਗਵਾ ਕੀਤੀਆਂ ਜਾ ਰਹੀਆਂ ਨੇ। ਬਕਾਇਦਾ ਇੰਗਲੈਂਡ ਦੀ ਯੂਨੀਵਰਸਿਟੀ ਨੇ, ਬਰਮਿੰਗਮ ਦੀ ਯੂਨੀਵਰਸਿਟੀ ਨੇ ਆਂਕੜੇ ਸਾਹਮਣੇ ਲੈ ਕੇ ਆਉਂਦੇ ਕਿ 1000 ਬੱਚੀਆਂ ਅਲਪਸੰਖਿਅਕ ਦੀਆਂ ਹਰ ਸਾਲ ਜਿਹੜੀਆਂ ਸਿੱਖ ਹਿੰਦੂ ਬੱਚਿਆਂ ਨੂੰ ਅਗਵਾ ਕਰਕੇ ਅਤੇ ਉਹਨਾਂ ਦਾ ਨਿਕਾਹ ਪੜ ਦਿੱਤਾ ਜਾਂਦਾ, ਜਬਰਨ ਉਹਨਾਂ ਨੂੰ ਬਾਜ਼ਾਰਾਂ 'ਚ ਵੇਚਿਆ ਜਾਂਦਾ ਹੈ। ਐਸੋਸੀਏਟ ਪ੍ਰੈਸ ਨੇ ਵੀ ਇਹ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ 700 ਦੇ ਆਸ ਪਾਸ ਬੱਚੀਆਂ ਖਾਲੀ ਚਾਈਨਾ ਦੇ ਅੰਦਰ ਵੇਚੀਆਂ ਗਈਆਂ ਪਿਛਲੇ 1 ਸਾਲ ਦੇ ਅੰਦਰ। ਮੈਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ, ਜੈ ਸ਼ੰਕਰਨ ਜੀ ਨੂੰ ਅਪੀਲ ਕਰਦਾ ਹੈ, ਇਹਦਾ ਸੰਗਿਆਨ ਲਓ। ਸਾਡੇ ਬੱਚੇ, ਸਾਡੇ ਭਰਾ, ਨੌ ਜਿਹੜੇ ਉੱਥੇ ਅਲਪਸੰਖਿਅਕ ਨੇ, ਸਿੱਖ ਨੇ, ਹਿੰਦੂ ਨੇ, ਈਸਾਈ ਨੇ, ਉਹ ਖਤਰੇ 'ਚ ਨੇ, ਉਹਨਾਂ ਦੇ ਪਰਿਵਾਰ ਖਤਰੇ 'ਚ ਨੇ, ਉਹ ਘਰੋਂ ਬਾਹਰ ਨਹੀਂ ਨਿਕਲ ਪਾ ਰਹੇ ਕਿਉਂਕਿ ਉਹਨਾਂ ਦੇ ਬੱਚਿਆਂ ਨੂੰ ਚੁੱਕ ਕੇ ਲੈ ਜਾਇਆ ਜਾ ਰਿਹਾ ਹੈ। ਇਹ ਬਹੁਤ ਵੱਡਾ ਅਪਰਾਧ ਆ। ਯੂਨਾਈਟਿਡ ਨੇਸ਼ਨਸ ਨੂੰ ਵੀ ਇੱਦਾਂ ਚਿੰਤਾ ਕਰਨ ਦੀ ਲੋੜ ਆ। ਜਿਹੜੀ ਬੱਚੀ ਸਕੀਰਾ ਜਿਹੜੀ ਅਜੇ ਤੱਕ ਬਚੀ ਆ ਉਸਨੂੰ ਬਚਾਇਆ ਜਾਵੇ ਔਰ ਆਪਣੇ ਮਾਂ ਬਾਪ ਨਾਲ ਮਿਲਾਇਆ ਜਾਵੇ। ਗੁਰਪਿਆਰਿਓ, ਇਹ ਤਾਂ ਹੁਣ ਜੱਗ ਜ਼ਾਹਿਰ ਹੈ ਕਿ ਪਾਕਿਸਤਾਨ ਦੇ ਵਿੱਚ ਵੀ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਰਤ ਦੇ ਵਿੱਚ ਬੇਸ਼ੱਕ ਮਨਜਿੰਦਰ ਸਿੰਘ ਸਿਰਸਾ ਗ੍ਰਹਿ ਮੰਤਰੀ ਨੂੰ ਇਸ ਚੀਜ਼ ਦੀ ਗੁਹਾਰ ਲਗਾ ਰਹੇ ਨੇ ਕਿ ਪਾਕਿਸਤਾਨ ਵਿੱਚ ਵਸਦੀਆਂ ਹਿੰਦੂ, ਸਿੱਖ, ਈਸਾਈ ਬੱਚੀਆਂ ਨੂੰ ਬਚਾਇਆ ਜਾਵੇ, ਪਰ ਅਜਿਹੀਆਂ ਸਰਕਾਰਾਂ ਪਾਕਿਸਤਾਨ ਦੀਆਂ ਬੱਚੀਆਂ ਨੂੰ ਕੀ ਬਚਾਉਣਗੀਆਂ ਜੋ ਭਾਰਤ ਦੇ ਵਿੱਚ ਹੀ ਘੱਟ ਗਿਣਤੀਆਂ ਨੂੰ ਆਪ ਨਿਸ਼ਾਨਾ ਬਣਾਉਣ ਤੇ ਲੱਗੀਆਂ ਹੋਈਆਂ ਨੇ। ਹਾਲ ਹੀ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਕਿੰਨੇ ਹੀ ਅਜਿਹੇ ਸਿੱਖ ਪਰਿਵਾਰ ਨੇ ਜਿਹੜੇ ਜਾਣਬੁੱਝ ਕੇ ਉਜਾੜ ਦਿੱਤੇ ਗਏ, ਪਰ ਉਸ ਦੇ ਉੱਤੇ ਅਜੇ ਤੱਕ ਗ੍ਰਹਿ ਮੰਤਰਾਲੇ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿੱਤਾ ਗਿਆ। ਹੁਣ ਵੇਖਣਾ ਇਹ ਹੋਵੇਗਾ ਕਿ ਭਾਰਤ ਦੀ ਸਰਕਾਰ ਕਿੰਨੇ ਕੀ ਠੋਸ ਕਦਮ ਚੱਕਦੀ ਹੈ ਘੱਟ ਗਿਣਤੀਆਂ ਨੂੰ ਸੁਰੱਖਿਅਤ ਕਰਨ ਦੇ ਲਈ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ 'ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਲਕਮ 2020। ਗੁਰਬਾਣੀ ਅਖੰਡ ਬਾਣੀ ਦੇਖ ਰਹੇ ਹੋ। ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ।